ਸਤਿ ਸ਼੍ਰੀ ਅਕਾਲ ਜੀ ਪਿਆਰੇ ਦੋਸਤੋ, ਮੈਂ ਤੁਹਾਡਾ ਆਪਣਾ ਕ੍ਰਾਂਤੀਜੀਤ ਸਿੰਘ ਅੱਜ ਫਿਰ ਆਪਣੀ ਨਵੀਂ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ। ਮੇਰੀਆਂ ਪਹਿਲੀਆਂ ਦੋ ਵੀਡੀਓ ਜੋ ਇੱਕ ਕਬਜ਼ ਬਾਰੇ ਅਤੇ ਗੈਸ ਬਾਰੇ ਸੀ, ਉਹਨਾਂ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ। ਹਰ ਘਰ ਵਿੱਚ ਉਹ ਵੀਡੀਓ ਪਹੁੰਚੀ ਹੈ, ਚਾਹੇ ਉਹ ਫੇਸਬੁੱਕ ਦੇ ਜ਼ਰੀਏ ਪਹੁੰਚੀ ਹੈ, ਚਾਹੇ ਉਹ ਵਟਸਐਪ ਦੇ ਜ਼ਰੀਏ ਪਹੁੰਚੀ ਹੈ। ਮੈਂ ਹਰ ਉਸ ਫੇਸਬੁੱਕ ਪੇਜ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣੇ ਫੇਸਬੁੱਕ ਪੇਜ 'ਤੇ ਉਹਨਾਂ ਵੀਡੀਓ ਨੂੰ ਸ਼ੇਅਰ ਕੀਤਾ ਅਤੇ ਉਹ ਆਪ ਜੀ ਤੱਕ ਪਹੁੰਚੀਆਂ ਨੇ। ਹਜ਼ਾਰਾਂ ਲੋਕਾਂ ਨੇ ਉਹ ਨੁਸਖੇ ਬਣਾਏ ਨੇ, ਮੈਨੂੰ ਵਟਸਐਪ 'ਤੇ ਵੀ ਮੈਸੇਜ ਭੇਜੇ ਨੇ, ਫੋਟੋਆਂ ਖਿੱਚ ਕੇ ਭੇਜੀਆਂ ਨੇ ਜੋ ਉਹਨਾਂ ਚੀਜ਼ਾਂ ਤਿਆਰ ਕੀਤੀਆਂ, ਜੋ ਉਹਨਾਂ ਨੂੰ ਰਿਜ਼ਲਟ ਮਿਲਿਆ। ਅਤੇ ਜੇ ਕਿਸੇ ਦੇ ਮਨ ਵਿੱਚ ਕੋਈ ਸਵਾਲ ਸੀਗਾ ਇਹਨਾਂ ਚੀਜ਼ਾਂ ਨਾਲ ਸੰਬੰਧਿਤ, ਉਹਨਾਂ ਨੇ ਉਸ ਬਾਰੇ ਵੀ ਪੁੱਛਿਆ। ਸੋ ਇੱਕ ਵਾਰ ਮੈਂ ਫਿਰ ਸਭ ਦਾ ਧੰਨਵਾਦੀ ਕਰਦਾ ਜਿਨ੍ਹਾਂ ਨੇ ਇੱਦਾਂ ਵੀਡੀਓ ਨੂੰ ਸ਼ੇਅਰ ਕੀਤਾ, ਖਾਸ ਤੌਰ 'ਤੇ ਉਹਨਾਂ ਦੇ ਉਹਨਾਂ ਫੇਸਬੁੱਕ ਪੇਜਾਂ ਦਾ। ਅੱਜ ਆਪਾਂ ਜਿਸ ਚੀਜ਼ ਬਾਰੇ ਗੱਲ ਕਰ ਰਹੇ ਹਾਂ, ਜੋ ਆਮ ਮੁਸ਼ਕਲ ਸਾਨੂੰ ਸਾਰਿਆਂ ਨੂੰ ਪੇਸ਼ ਆਉਂਦੀ ਹੈ, ਨੀਂਦ ਨਾ ਆਉਣ ਦੀ ਬਿਮਾਰੀ ਜਾਂ ਨੀਂਦ ਨਾ ਆਉਣ ਦੀ ਆਦਤ। ਹਰ ਉਮਰ ਹਰ ਵਰਗ ਇਸ ਚੀਜ਼ ਦਾ ਸ਼ਿਕਾਰ ਹੈ, ਭਾਵੇਂ ਉਹਨਾਂ ਦੇ ਕਾਰਨ ਨੀਂਦ ਨਾ ਆਉਂਦੇ ਵੱਖੋ ਵੱਖ ਨੇ। ਕਿਸੇ ਨੂੰ ਹਾਈ ਬੀ ਪੀ ਕਰਕੇ, ਲੋ ਬੀ ਪੀ ਕਰਕੇ ਮੁਸ਼ਕਿਲ ਆ ਰਹੀ ਹੈ, ਕਿਸੇ ਨੂੰ ਫਾਈਨੈਂਸ਼ੀਅਲ ਪ੍ਰੋਬਲਮਸ ਕਰਕੇ ਨੀਂਦ ਨਹੀਂ ਆ ਰਹੀ, ਕਿਸੇ ਨੂੰ ਕੰਮ ਦੇ ਬੋਝ ਕਰਕੇ ਨੀਂਦ ਆਉਣ ਵਿੱਚ ਮੁਸ਼ਕਿਲ ਹੁੰਦੀ ਹੈ, ਕਈਆਂ ਨੂੰ ਪਰਿਵਾਰਕ ਮੁਸ਼ਕਿਲਾਂ, ਜਾਂ ਹਰ ਇੱਕ ਆਦਮੀ ਦਾ ਇੱਕ ਅਲੱਗ ਕਾਰਨ ਹੈ, ਪਰ ਰਿਜ਼ਲਟ ਇਹ ਹੈ ਵੀ ਨੀਂਦ ਨਹੀਂ ਆਉਂਦੀ। ਨੌਜਵਾਨ ਪੀੜ੍ਹੀ ਵਿੱਚ ਰਾਤ ਨੂੰ ਦੇਰ ਰਾਤ ਤੱਕ ਜਾਗਣਾ, ਫੇਸਬੁੱਕ, ਵਟਸਐਪ, ਇੰਟਰਨੈਟ 'ਤੇ, ਯੂਟਿਊਬ 'ਤੇ ਵੀਡੀਓ ਵੇਖਦੇ ਰਹਿਣਾ, ਅਤੇ ਹੋਰ ਵੀ ਕਈ ਕਾਰਨ ਨੌਜਵਾਨ ਪੀੜ੍ਹੀ ਵਿੱਚ ਜਿਹਨਾਂ ਕਰਕੇ ਸਾਰੇ ਇਹਨਾਂ ਚੀਜ਼ਾਂ ਦਾ ਸ਼ਿਕਾਰ ਨੇ ਨੀਂਦ ਨਾ ਆਉਣ ਦੀ ਬਿਮਾਰੀ ਦੇ। ਤਾਂ ਉਸਦਾ ਮੁਸ਼ਕਿਲ ਕੀ ਆਉਂਦੀ ਹੈ ਵੀ ਅਗਲੇ ਦਿਨ ਆਪਾਂ ਜਦੋਂ ਕੰਮ 'ਤੇ ਜਾਂਦੇ ਹਾਂ ਜਾਂ ਕੋਈ ਕੰਮ ਕਿਤੇ ਸਟੱਡੀ ਲਈ ਜਾਂਦੇ ਹਾਂ, ਉਹ ਨੀਂਦ ਆ ਰਹਿੰਦਾ ਹੈ ਅਤੇ ਆਪਾਂ ਆਪਣਾ 100% ਨਹੀਂ ਦੇ ਪਾਉਂਦੇ, ਜਾਂ ਵੱਡੀ ਉਮਰ ਵਾਲਿਆਂ ਵਿੱਚ ਉਹਨਾਂ ਨੂੰ ਫਿਰ ਅਗਲੇ ਦਿਨ ਮੁਸ਼ਕਿਲ ਆਉਂਦੀ ਹੈ, ਰਾਤ ਨੂੰ ਰਿਕਵਰੀ ਨਹੀਂ ਹੋਈ। ਅਤੇ ਆਪਾਂ ਗੱਲ ਕਰਨੀ ਹੈ ਕਿ ਕਿਹੜਾ ਅਜਿਹਾ ਤਰੀਕਾ ਹੈ, ਕਿਹੜਾ ਅਜਿਹਾ ਨੁਸਖਾ ਹੈ ਆਯੁਰਵੇਦ ਦਾ, ਕਿਹੜਾ ਅਜਿਹਾ ਨੁਸਖੇ ਨਾਲ ਤੁਹਾਡੀ ਨੀਂਦ ਨਾ ਆਉਣ ਦੀ ਜਿਹੜੀ ਮੁਸ਼ਕਿਲ ਹੈ ਹਮੇਸ਼ਾ ਲਈ ਹੱਲ ਹੋ ਜਾਏਗੀ ਬਿਨਾਂ ਕਿਸੇ ਸਾਈਡ ਇਫੈਕਟ ਤੋਂ। ਜੇ ਤੁਹਾਨੂੰ ਭੁੱਲਣ ਦੀ ਆਦਤ ਹੈ, ਉਹ ਵੀ ਇਸ ਨਾਲ ਦੂਰ ਹੋ ਜਾਏਗੀ ਅਤੇ ਦਿਮਾਗ ਨੂੰ ਪੁਸ਼ਟੀ ਮਿਲੇਗੀ, ਦਿਮਾਗ ਦੀਆਂ ਜਿਹੜੀਆਂ ਨਾੜਾਂ ਨੇ, ਨਸਾਂ ਨੇ, ਉਹਨਾਂ ਨੂੰ ਬਲ ਮਿਲੇਗਾ, ਮਾਨਸਿਕ ਤਣਾਅ ਜਿਹੜੇ ਤੁਹਾਡੇ ਉਹ ਦੂਰ ਹੋਣਗੇ। ਆਪਾਂ ਗੱਲ ਕਰਨੀ ਹੈ ਉਸ ਨੁਸਖੇ ਦੇ ਬਾਰੇ ਵਿੱਚ, ਤੁਸੀਂ ਸਭ ਨੇ ਤਿਆਰ ਕਰਨਾ ਹੈ, ਇਸਦਾ ਇਸਤੇਮਾਲ ਕਰਨਾ ਹੈ ਅਤੇ ਇਸਦੇ ਬਾਰੇ, ਇਸਦੇ ਪ੍ਰਭਾਵਾਂ ਬਾਰੇ ਸਾਨੂੰ ਦੱਸਣਾ ਹੈ ਅਤੇ ਹੋਰਾਂ ਲੋਕਾਂ ਨਾਲ ਵੀ ਆਪਣੇ ਅਨੁਭਵ ਸ਼ੇਅਰ ਕਰਨੇ ਨੇ, ਤਾਂ ਕਿ ਲੋਕ ਆਪਣੇ ਕੁਦਰਤੀ ਤਰੀਕਾ, ਜੋ ਇਲਾਜ ਦਾ, ਜੋ ਦੇਸੀ ਦਵਾਈਆਂ ਜਿਹਨਾਂ ਨੂੰ ਕਿਹਾ ਜਾਂਦਾ, ਜਾਂ ਆਯੁਰਵੇਦਿਕ ਦਵਾਈਆਂ ਕਿਹਾ ਜਾਂਦਾ, ਉਹਨਾਂ ਬਾਰੇ ਪ੍ਰੇਰਿਤ ਹੋ ਸਕਣ। ਆਪਾਂ ਗੱਲ ਕਰਾਂਗੇ ਉਸ ਦਵਾਈ ਦੇ ਬਾਰੇ ਜਿਸ ਨੂੰ ਤਿਆਰ ਕਰਕੇ ਤੁਸੀਂ ਨੀਂਦ ਨਾ ਆਉਂਦੀ ਉਹ ਨੀਂਦਰੇ ਦੀ ਬਿਮਾਰੀ ਨੂੰ ਦੂਰ ਕਰ ਸਕਦੇ, ਜੇ ਭੁੱਲਣ ਦੀ ਬਿਮਾਰੀ ਨੂੰ ਦੂਰ ਕਰ ਸਕਦੇ, ਜੇ ਕੋਈ ਪੜ੍ਹਾਈ ਲਿਖਾਈ ਕਰਦੇ ਤੁਹਾਨੂੰ ਪੜ੍ਹਿਆ ਲਿਖਿਆ ਭੁੱਲ ਜਾਂਦਾ, ਉਹ ਚੀਜ਼ ਵਿੱਚ ਵੀ ਬਹੁਤ ਜ਼ਿਆਦਾ ਕੰਮ ਕਰੇਗੀ। ਸੋ ਅੱਜ ਦਾ ਨੁਸਖਾ ਹੈ ਇਸ ਦੇ ਬਾਰੇ, ਕਾਪੀ ਪੈਨ ਪੈਨਸਲ ਲੈ ਕੇ ਤਿਆਰੀ ਕਰ ਲਓ ਅਤੇ ਨੁਸਖਾ ਨੋਟ ਕਰੋ, ਠੀਕ ਹੈ, ਸਹੀ ਤਰੀਕੇ ਨਾਲ ਹੀ ਇਹ ਨੁਸਖਾ ਡਿਸਪਲੇ ਦੇ ਉੱਤੇ ਵੀ ਚੱਲੇਗਾ। ਸਭ ਤੋਂ ਆਪਾਂ ਲੈਣਾ ਹੈ ਪਹਿਲਾਂ ਸਰਪਗੰਧਾ ਬੂਟੀ ਦਾ ਚੂਰਨ ਲੈਣਾ ਜੀ, 60 ਗ੍ਰਾਮ ਸਰਪਗੰਧਾ ਬੂਟੀ ਦਾ ਚੂਰਨ 60 ਗ੍ਰਾਮ ਲੈਣਾ ਹੈ। ਉਸ ਤੋਂ ਬਾਅਦ ਖੁਰਾਸਾਂ ਦੀ ਅਜਵਾਇਣ, ਇਹ ਆਮ ਅਜਵਾਇਣ ਦੀ ਪੰਸਾਰੀ ਕੋਲੋਂ ਮਿਲੇਗੀ, ਖੁਰਾਸਾਂ ਦੀ ਅਜਵਾਇਣ, ਉਹ ਉਸ ਦਾ ਚੂਰਨ ਲੈਣਾ ਜੇ 30 ਗ੍ਰਾਮ ਦੀ ਮਾਤਰਾ ਵਿੱਚ। ਫਿਰ ਘੋੜ ਭੱਜ ਦਾ ਚੂਰਨ ਲੈਣਾ 30 ਗ੍ਰਾਮ ਦੀ ਮਾਤਰਾ ਦੇ ਵਿੱਚ। ਉਸ ਤੋਂ ਬਾਅਦ ਮਾਲ ਕਾਂਗੜੀ ਬੂਟੀ ਦਾ ਚੂਰਨ ਲੈਣਾ, ਉਹ ਵੀ 30 ਗ੍ਰਾਮ ਦੀ ਮਾਤਰਾ ਵਿੱਚ। ਬ੍ਰਹਮੀ ਬੂਟੀ ਦਾ ਚੂਰਨ, ਉਹ ਵੀ 30 ਗ੍ਰਾਮ ਦੀ ਮਾਤਰਾ ਵਿੱਚ। ਜੜਾਮਾਸੀ ਬੂਟੀ ਦਾ ਚੂਰਨ, ਉਹ ਵੀ 30 ਗ੍ਰਾਮ ਦੀ ਮਾਤਰਾ ਵਿੱਚ। ਇਸ ਤੋਂ ਬਾਅਦ ਆਪਾਂ ਲੈਣਾ ਅਸ਼ਵਗੰਧਾ ਚੂਰਨ, ਅਸ਼ਗੰਧ ਨਗੌਰੀ ਦਾ ਚੂਰਨ 60 ਗ੍ਰਾਮ ਦੀ ਮਾਤਰਾ ਵਿੱਚ। ਫਿਰ ਲੈਣਾ ਸ਼ੰਖ ਪੁਸ਼ਪੀ ਬੂਟੀ ਦਾ ਚੂਰਨ 30 ਗ੍ਰਾਮ ਦੀ ਮਾਤਰਾ ਵਿੱਚ। ਸਾਰਿਆਂ ਨੂੰ ਰਲਾ ਲੈਣਾ, ਮਿਕਸ ਕਰਕੇ ਚੂਰਨ ਬਣਾ ਲੈਣਾ। ਜੇ ਤੁਸੀਂ ਚਾਹੁੰਦੇ ਹੋ ਇਸ ਵਿੱਚ ਥੋੜ੍ਹੀ ਮਿਸ਼ਰੀ ਪਾ ਸਕਦੇ, ਜੇ ਨਹੀਂ ਵੀ ਪਾਉਂਦੇ ਤਾਂ ਕੋਈ ਮੁਸ਼ਕਿਲ ਨਹੀਂ। ਔਰ ਰਾਤ ਨੂੰ ਸੌਣ ਦਾ ਸੋਚਣ ਤੋਂ, ਰਾਤ ਨੂੰ ਰੋਟੀ ਪਾਣੀ ਖਾਣ ਤੋਂ ਬਾਅਦ ਜਾਂ ਸੌਣ ਦੀ ਤਿਆਰੀ ਤੋਂ 1-1.5 ਘੰਟਾ ਪਹਿਲਾਂ ਇਸ ਚੂਰਨ ਦੇ 1 ਜਾਂ 2 ਚਮਚੇ ਲੈ ਲੈਣੇ ਨੇ। ਚੂਰਨ ਸ਼ੁਰੂ ਕਰਨ ਤੋਂ ਪਹਿਲਾਂ ਪੇਟ 1-2 ਦਿਨ ਸਾਫ਼ ਕਰ ਲੈਣਾ ਹੈ, ਅਤੇ ਦਵਾਈ ਖਾਂਦੇ ਸਮੇਂ ਪੇਟ ਸਾਫ਼ ਹਮੇਸ਼ਾ ਰੱਖਣਾ ਹੈ। ਅਤੇ ਸਵੇਰੇ ਅਤੇ ਸ਼ਾਮ ਨੂੰ 2-2 ਚਮਚੇ
ਸ਼ੰਖ ਪੁਸ਼ਪੀ ਸੀਰਪ ਦੇ ਲੈਣੇ, ਉਂਝਾ ਕੰਪਨੀ ਦਾ ਸ਼ੰਖ ਪੁਸ਼ਪੀ ਸੀਰਪ ਲੈਣਾ ਤੁਸੀਂ, ਨਾ ਡਾਬਰ ਦਾ ਲੈਣਾ, ਨਾ ਕਿਸੇ ਹੋਰ ਕੰਪਨੀ ਦਾ, ਨਾ ਬਾਬਾ ਰਾਮਦੇਵ ਦਾ ਚੂਰਨ ਸੀਰਪ ਲੈਣਾ, ਸਿਰਫ ਉਂਝਾ ਕੰਪਨੀ ਦਾ ਦੁਨੀਆਂ ਦੇ ਵਿੱਚ ਮੰਨਿਆ ਜਾਂਦਾ ਹੈ ਸ਼ੰਖ ਪੁਸ਼ਪੀ ਸੀਰਪ। ਉਸਦੇ ਦੋ ਦੋ ਚਮਚੇ ਸਵੇਰੇ ਸ਼ਾਮ ਲੈਣੇ ਨੇ ਅਤੇ ਰੋਟੀ ਖਾਣ ਤੋਂ ਬਾਅਦ ਅਸ਼ਵਗੰਧਾ ਰਿਸ਼ਟ, ਜਿਹੜਾ ਆਸਵ ਰਿਸ਼ਟ ਆ, ਅਸ਼ਵਗੰਧਾ ਰਿਸ਼ਟ 30 ml ਦੇ ਵਿੱਚ 100 ml ਪਾਣੀ ਲੈ ਕੇ ਸਵੇਰੇ ਸ਼ਾਮ ਲੈਣਾ ਹੈ ਅਤੇ 20-25 ਦਿਨ ਦੇ ਬਾਅਦ ਤੁਹਾਨੂੰ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਣਾ ਹੈ। ਇਸ ਨੂੰ ਲੰਮਾ ਟਾਈਮ ਤੁਸੀਂ ਵਰਤ ਸਕਦੇ ਜੇ, ਇਸਦਾ ਕੋਈ ਸਾਈਡ ਇਫੈਕਟ ਨਹੀਂ ਹੈ, ਦਿਮਾਗ ਵੀ ਕੂਲ ਰਹੇਗਾ, ਟੈਨਸ਼ਨ ਜਾਓਗੇ, ਕਹਿੰਦੇ ਨਾ ਦਿਮਾਗ ਰਹੇਗਾ ਕੂਲ ਅਤੇ ਟੈਨਸ਼ਨ ਜਾਓਗੇ ਕੂਲ, ਸੋ ਇਸ ਤਰ੍ਹਾਂ ਦੇ ਤੁਹਾਡੇ ਹਾਲਾਤ ਹੋ ਜਾਣਗੇ। ਸੋ ਇਹ ਨੁਸਖਾ ਸੀਗਾ ਨੀਂਦ ਨਾ ਆਉਣ ਦੀ ਬਿਮਾਰੀ ਦੇ ਹੱਲ ਬਾਰੇ, ਇਸ ਤੋਂ ਇਸਤੇਮਾਲ ਕਰਨਾ, ਇਸ 'ਤੇ ਰਿਵਿਊ ਵੇਖਣੇ ਨੇ। ਮੇਰਾ ਯੂਟਿਊਬ ਚੈਨਲ ਹੈ ਕ੍ਰਾਂਤੀ ਸੈਣੀ ਕਰਕੇ, ਉਸ ਨੂੰ ਸਬਸਕ੍ਰਾਈਬ ਕਰਨਾ ਹੈ, ਇਸ ਵੀਡੀਓ ਨੂੰ ਵਟਸਐਪ 'ਤੇ ਸ਼ੇਅਰ ਕਰਨਾ ਹੈ।